ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਬੋਲੀ ਦੀ ਸ਼ੁਰੂਆਤ ਹੋ ਗਈ ਹੈ। ਅੱਜ ਅਨਾਜ ਮੰਡੀ ਗਿੱਦੜਵਾਹਾ ਵਿਖੇ ਕਣਕ ਦੀ ਫਸਲ ਦੀ ਰਸਮੀ ਸ਼ੁਰੂਆਤ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਤੇ ਗਿੱਦੜਵਾਹਾ ਤੋਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਹੱਥੀਂ ਬੋਲੀ ਲਾ ਕੇ ਸ਼ੁਰੂਆਤ ਕੀਤੀ ਹੈ। ਇਸ ਮੌਕੇ ਤੇ ਆੜ੍ਹਤੀਆਂ ਵੱਲੋਂ ਕਣਕ ਦੀ ਖਰੀਦ ਦੀ ਸ਼ੁਰੂਆਤ ਹੋਣ ਤੇ ਲੱਡੂ ਵੀ ਵੰਡੇ ਗਏ ਨੇ। ਗੁਰਦਾਸ ਸਿੰਘ ਜੀ, ਅੱਜ ਤੁਸੀਂ ਕਣਕ ਲੈ ਕੇ ਕੀ ਕਹਿਣਾ ਚਾਹੋਗੇ? ਅਸੀਂ ਕਾਂਗਰਸ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ। ਪਹਿਲੇ ਦਿਨ ਕਣਕ ਲੈ ਕੇ ਆਏ, ਪਹਿਲੇ ਦਿਨ ਭਾਅ ਲੱਗ ਗਏ ਅਤੇ ਅਸੀਂ ਗਾਂਹ ਤੋਂ ਇਹ ਉਮੀਦ ਕਰਦੇ ਜੀ। ਪਹਿਲਾਂ 15-15 ਦਿਨ ਰੋਲਦੇ ਰਹਿੰਦੇ ਜੀ ਮੰਡੀਆਂ ਜੀ, ਬਿਜਾਈ ਵਾਸਤੇ ਲੇਟ ਹੋ ਜਾਂਦੇ ਸੀਗੇ ਜੀ, ਅਤੇ ਕਾਂਗਰਸ ਦਾ ਧੰਨਵਾਦ ਕਰਦੇ ਹਾਂ ਬਹੁਤ। ਕਮਲ ਸਿੰਘ ਜੀ ਮੇਰਾ ਨਾਮ ਆ, ਸਾਡੇ ਪਹਿਲੇ ਦਿਨ ਲੈ ਕੇ ਆਏ ਹਾਂ ਗਿੱਦੜਵਾ ਮੰਡੀ ਦੇ ਵਿੱਚ ਕਣਕ। ਬਹੁਤ ਵਧੀਆ ਪ੍ਰਬੰਧ ਆ ਇੱਥੇ, ਕੋਈ ਦਿੱਕਤ ਨਹੀਂ, ਦਾਣਾ ਮੰਡੀ ਵੀ ਠੀਕ ਆ ਪਹਿਲਾਂ ਵਾਲਿਆਂ ਨਾਲੋਂ, ਬਹੁਤ ਵਧੀਆ ਜੀ। ਹੁਣ ਹੌਲੀ ਹੌਲੀ ਸੁਧਾਰ ਹੋਈ ਜਾਂਦਾ, ਸਿਸਟਮ ਮੁਤਾਬਕ ਚੱਲਦਾ ਜੀ ਕੰਮ ਵਧੀਆ। ਪਹਿਲਾਂ ਕੁਛ ਤਾਂ ਦਾਣਾ ਮੰਡੀ ਸਾਡੀ ਨਵੀਂ ਹੈ ਜੀ, ਇਹ ਹੁਣ ਪਹਿਲਾਂ ਦੇ ਮੁਕਾਬਲੇ ਬਹੁਤ ਵਧੀਆ, ਸਾਰਾ ਪੱਕਾ ਜਗ੍ਹਾ, ਬੈਠਣ ਉੱਠਣ ਦਾ ਪ੍ਰਬੰਧ ਆ, ਪਾਣੀ ਦਾ ਪ੍ਰਬੰਧ ਆ ਵਧੀਆ, ਖੁੱਲ੍ਹੀ ਜਗ੍ਹਾ। ਸਰਕਾਰ 'ਚ ਬਦਲਾਅ ਹੋਇਆ? ਹਾਂਜੀ, ਆਉਣ ਵਾਲੀ ਸਰਕਾਰ ਜੀ ਸਾਡੀ ਕਣਕ ਦੇ ਜਿਨਸ ਦੇ ਭਾਅ ਮਿਲਦੇ ਰਹਿਣ, ਵਧੀਆ ਚੱਲਦਾ ਰਹੇ ਕੰਮ ਆਈ, ਬੀਜ ਵਧੀਆ ਮਿਲਣ ਆਉਣ ਵਾਲੇ ਸਮੇਂ 'ਚ ਨਰਮੇ ਦੇ ਸਾਨੂੰ, ਅਤੇ ਦੂਸਰਾ ਕਣਕ ਦੀ ਸਮੇਂ ਸਿਰ ਚੁਕਾਈ ਹੁੰਦੀ ਰਹੇ ਜੀ। ਆਉਣ ਵਾਲਾ ਝੋਨਾ ਸਾਡਾ, ਉਹਦੇ ਵਾਸਤੇ ਪਾਣੀ ਦਾ ਵੈਸੇ ਸਾਡਾ ਧਿਆਨ ਰੱਖਿਆ ਜਾਵੇ, ਇੱਧਰ ਗੁਰਦੁਆਰਾ ਇਲਾਕੇ ਦਾ ਪਾਣੀ, ਨਹਿਰੀ ਪਾਣੀ ਜੀ। ਮੈਨੂੰ ਲੱਗਦਾ ਕਿ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹੈ, ਇਸ ਵਾਰੀ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ। ਔਰ ਸਪੈਸ਼ਲ ਤੌਰ 'ਤੇ ਕੈਪਟਨ ਮਹਾਰਾਜ ਅਮਰਿੰਦਰ ਸਿੰਘ ਜੀ ਨੇ ਡਿਊਟੀਆਂ ਲਾਈਆਂ ਕਿ ਕਿਸੇ ਤਰ੍ਹਾਂ ਦੀ ਵੀ ਕਿਸੇ ਕਿਸਾਨ ਨੂੰ ਮੰਡੀ ਦੇ ਵਿੱਚ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਕਿਸਾਨ ਜਦੋਂ ਵੀ ਆਪਦੀ ਫਸਲ ਲਿਆਵੇ, ਉਹਦਾ ਨਾਲ ਦੀ ਨਾਲ ਉਹਦਾ ਭਾਅ ਲੱਗਣਾ ਚਾਹੀਦਾ, ਚੁਕਾਈ ਹੋਣੀ ਚਾਹੀਦੀ ਹੈ। ਔਰ ਅੱਜ ਮੈਨੂੰ ਲੱਗਦਾ ਪੂਰੇ ਜ਼ਿਲ੍ਹੇ ਦੇ ਵਿੱਚ ਪਹਿਲਾ ਭਾਅ ਅਸੀਂ ਗਿੱਦੜਵਾ ਮੰਡੀ ਦੇ ਵਿੱਚ ਲਾਇਆ, ਔਰ ਪਹਿਲੀ ਇੱਕ ਢੇਰੀ ਹਜੇ ਤੱਕ ਕਿਸਾਨ ਦੀ ਆਈ ਹੈ। ਔਰ ਮੈਨੂੰ ਆਸ ਹੈ ਕਿ ਅਸੀਂ ਮੁਕੰਮਲ ਸਾਰੇ ਇੰਤਜ਼ਾਮ ਕਰਕੇ, ਸੈਕਟਰੀ ਸਾਹਿਬ ਹੋਣੀ ਵੀ ਇੱਥੇ ਉਪਸਥਿਤ ਨੇ, ਤਾਂ ਮੈਨੂੰ ਲੱਗਦਾ ਕਿਸੇ ਕਿਸ ਤਰ੍ਹਾਂ ਦੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਔਰ ਬਿਲਕੁਲ, ਇਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਿਰਦੇਸ਼ ਹੈ ਕਿ ਕਿਸੇ ਪ੍ਰਕਾਰ ਦੀ ਪ੍ਰੋਕਿਓਰਮੈਂਟ ਦੇ ਅੰਦਰ ਕੋਈ ਵੀ ਕੋਤਾਹੀ ਨਹੀਂ ਹੋਣੀ ਚਾਹੀਦੀ। ਕਿਸਾਨ ਬਿਲਕੁਲ ਹੱਸਦਾ, ਜੋ ਕੈਪਟਨ ਅਮਰਿੰਦਰ ਸਿੰਘ ਜੀ ਦਾ ਰਿਕਾਰਡ ਰਿਹਾ ਮਗਰਲੇ 5 ਸਾਲ, ਜਦੋਂ 10 ਸਾਲ ਪਹਿਲਾਂ ਸਰਕਾਰ ਸੀ, ਕਿਸਾਨ ਬੜਾ ਖੁਸ਼ਹਾਲ ਸੀਗਾ। ਔਰ ਇੱਕ ਹੀ ਗੱਲ 'ਤੇ ਪਹਿਰਾ ਦਿੱਤਾ ਸੀ ਕਿ ਕਿਸਾਨ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ, ਔਰ ਆਈ ਵੀ ਨਹੀਂ, ਔਰ ਹੁਣ ਵੀ ਉਸੇ ਤਰ੍ਹਾਂ ਹੀ, ਅਗਰ ਕੋਈ ਕੋਤਾਹੀ ਵਰਤੇਗਾ ਤਾਂ ਉਹਨੂੰ ਉਹਦਾ ਖਮਿਆਜਾ ਭੁਗਤਣਾ ਪਵੇਗਾ। ਮੈਨੂੰ ਲੱਗਦਾ ਕਿ ਜੋ ਸਪੈਸੀਫਿਕੇਸ਼ਨ ਦੇ ਮੁਤਾਬਕ ਉਹਦੀ ਕੋਈ ਮੇਰੇ ਖਿਆਲ ਪੱਖਾ ਪੁੱਖਾ ਲੱਗਣਾ ਹੁੰਦਾ, ਅਤੇ ਅਗਲੇ ਦਿਨ ਹੀ ਅਸੀਂ ਕਣਕ ਦੀ ਚੁਕਾਈ ਕਰਾਵਾਂਗੇ, ਕੋਈ ਅਸੀਂ ਦਿੱਕਤ ਨਹੀਂ ਆਉਂਦੇ ਵਾਂਗੇ। 100% ਪੰਜਾਬ 'ਚ ਅਸੀਂ ਬਾਬਾ ਸੁੱਖ ਰੱਖੇ, ਮੈਂ ਕੋਸ਼ਿਸ਼ ਕਰਾਂਗਾ ਕਿ ਪਹਿਲੇ ਬਜਟ 'ਚ ਹੀ ਅਸੀਂ ਜਿਹੜਾ ਪੁੱਲ ਦਾ ਐਸਟੀਮੇਟ ਹੋਊਗਾ। ਇਹ ਕੇਂਦਰ ਸਰਕਾਰ ਦੁਆਰਾ ਔਰ ਪੰਜਾਬ ਸਰਕਾਰ ਦੁਆਰਾ ਰਲ ਕੇ ਪੁੱਲ ਬਣਦਾ, ਅਸੀਂ ਪਹਿਲਾਂ ਐਸਟੀਮੇਟ ਬਣਾਵਾਂਗੇ, ਐਸਟੀਮੇਟ ਤੋਂ ਬਣ ਤੋਂ ਬਾਅਦ ਅਸੀਂ ਕੇਂਦਰ ਸਰਕਾਰ ਨੂੰ ਚਿੱਠੀ ਲਿਖਾਂਗੇ, ਮਨਪ੍ਰੀਤ ਸਿੰਘ ਬਾਦਲ ਦੀਆਂ ਵੀ ਸੇਵਾਵਾਂ ਲਵਾਂਗੇ, ਮਹਾਰਾਜ ਸਾਹਿਬ ਨੂੰ ਵੀ ਕਵਾਂਗੇ ਕਿ ਜਿੰਨੇ ਪੰਜਾਬ ਸਰਕਾਰ ਨੇ ਪੈਸੇ ਭਰਨੇ ਆ ਉਹ ਵੀ ਅਸੀਂ ਚਿੱਠੀ ਲਿਖੀਏ ਕਿ ਅਸੀਂ ਇੰਟਰਸਟਡ ਹਾਂ ਉਹਨੇ ਪੈਸੇ ਭਰਨ ਦੇ ਵਿੱਚ, ਅਤੇ ਕੇਂਦਰ ਸਰਕਾਰ ਤੋਂ ਅੱਧੇ ਪੈਸੇ ਮੁਹੱਈਆ ਕਰਾ ਕੇ 100% ਪੁੱਲ ਯਕੀਨੀ ਬਣਾਉਣਾ ਮੇਰੀ ਜ਼ਿੰਮੇਵਾਰੀ। 4 ਏਕੜ 'ਚ ਮੈਂ ਉਹਦੇ ਬਾਰੇ ਸੋਚ ਰਿਹਾ, ਕਿ ਮੈਨੂੰ ਕਿਸੇ ਨੇ ਦੱਸਿਆ ਵੀ ਸੀ ਵੀ ਜ਼ਮੀਨ ਦਾ ਹੋਰ ਇੰਤਜ਼ਾਮ ਵੀ ਹੈਗਾ, ਜ਼ਮੀਨ ਹੈਗੀ ਹੈ, ਅਸੀਂ ਮਿਊਂਸੀਪਲ ਕਮੇਟੀ ਨਾਲ ਆਉਣ ਵਾਲੇ ਸਮੇਂ ਸ਼ਹਿਰ ਵਾਸੀਆਂ ਨਾਲ ਲੋਕਾਂ ਨਾਲ ਗੱਲ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਉਹ 4 ਏਕੜ ਕੂੜਾ ਜਿਹੜਾ ਬੰਦ ਕਰ ਦਿੱਤਾ ਜਾਵੇ,
ਔਰ ਪਹਿਲਾਂ ਤਾਂ ਉੱਥੇ ਬਾਦਲ ਦਾ ਕੂੜਾ ਆਉਂਦਾ ਸੀ, ਬਾਦਲ ਪਿੰਡ ਦਾ, ਤੁਹਾਨੂੰ ਸ਼ਾਇਦ ਇਹ ਪਤਾ ਕਿ ਨਹੀਂ ਆਉਂਦਾ, ਨਹੀਂ ਉਹ ਬਾਦਲ ਪਿੰਡ ਦਾ ਕੂੜਾ ਤਾਂ ਮੈਂ ਬੰਦ ਕਰਾਤਾ, ਹੁਣ ਬਾਬਾ ਫਰੀਦ ਦਾ ਮੈਨੂੰ ਪਤਾ ਨਹੀਂ, ਉਹ ਵੀ ਸਵੇਰੇ ਆਪਾਂ ਬੰਦ ਕਰਾ ਦਾਂਗੇ ਜੇ ਬਾਬਾ ਫਰੀਦ ਦਾ ਆਉਂਦਾ, ਬਾਹਰੋਂ ਕੂੜਾ ਕੋਈ ਨਹੀਂ ਆਏਗਾ। ਔਰ ਡੰਪ ਮੈਂ ਸੋਚ ਰਿਹਾ ਕਿਉਂਕਿ ਕੂੜਾ ਵੀ ਸਿੱਟਣਾ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਕੋਈ ਐਸੀ ਪੁਖਤਾ ਜਗ੍ਹਾ ਬਣਾ ਕੇ ਉਹਨੂੰ ਚਾਰ ਦੀਵਾਰੀ ਕਰਕੇ ਉੱਥੇ ਕੂੜਾ ਸਿੱਟ ਜਾਓ। ਖਰਾਬ ਹੋਈ ਹੈ ਮੇਰੇ ਖਿਆਲ ਸਾਡੇ ਇਲਾਕੇ ਦੇ ਵਿੱਚ, ਕੋਈ ਜ਼ਮੀਨ ਡਿੱਗੀ ਜ਼ਰੂਰ ਹੈ ਲੇਕਿਨ ਗੜਿਆਂ ਦੀ ਮਾਰ ਨਹੀਂ ਪਈ, ਲੇਕਿਨ ਜਿੱਥੇ ਵੀ ਸੰਗਰੂਰ ਦੇ ਵਿੱਚ ਹੋਈ ਹੈ, ਆਸੇ ਪਾਸੇ ਏਰੀਆ 'ਚ ਹੋਈ ਹੈ, ਜਿੱਥੇ ਵੀ ਹੋਈ ਹੈ, ਮੈਨੂੰ ਲੱਗਦਾ ਉਹਦੇ ਵਾਸਤੇ DC ਨੂੰ ਆਰਡਰਸ ਜਾ ਰਹੀ ਹੈ ਕਿ ਜਾ ਕੇ ਦੇਖੋ, ਔਰ ਮੈਨੂੰ ਲੱਗਦਾ ਉਨੀ ਜ਼ਮੀਨ ਵਾਸਤੇ ਸਪੈਸ਼ਲ ਗਿਰਦਾਵਰੀ ਦੇ ਆਰਡਰ ਹੋਣਗੇ। ਮੁਆਵਜ਼ਾ ਤਾਂ ਜਨਾਬ ਹਜੇ ਸਾਨੂੰ ਪਰਸੋਂ ਚੌਥੇ ਗੜੇ ਪਏ ਹੈ, ਹਜੇ ਸਾਡਾ ਆਰਡਰ ਹੋਇਆ ਹੈ, ਫਿਰ ਉਹਦੀ ਸਾਰੀ ਪੜਤਾਲ ਹੋਏਗੀ, ਜਲਦ ਤੋਂ ਜਲਦ ਮੁਆਵਜ਼ਾ ਵੀ ਦੇਵਾਂਗੇ। ਗਿੱਦੜਵਾਹ ਤੋਂ ਸੋਨੀ ਡੱਲਾ ਦੀ ਰਿਪੋਰਟ, ਜਗਤ ਸੇਵਕ, ਵੈਬ TV।